प्यारे बच्चों, सत श्री अकाल। अज असी अपनी पंजाबी दी पाठ पुस्तक साहित्यमाला दा पाठ पंज माता गुजरी जी कविता पढ़न जा रहे हाँ, जो कि नंद लाल नूरपुरी दी लिखी हुई है। आओ कवि दी जान पछाण करदे हाँ। नंद लाल नूरपुरी दा जन्म जिला लायलपुर पाकिस्तान विच होया। ਉਹ ਬਹੁਤ ਸਮਾਂ ਜਲੰਧਰ ਮਾਡਲ ਹਾਊਸ ਵਿੱਚ ਹੀ ਰਹੇ। ਉਹ ਇੱਕ ਫੱਕਰ ਕਵੀ ਸਨ। ਉਹਨਾਂ ਨੇ ਬਹੁਤ ਸਾਰਾ ਕਾਵਿ ਲੋਕ ਰਚਿਆ। ਉਹਨਾਂ ਦੇ ਲਿਖੇ ਗੀਤ ਲੋਕਾਂ ਦੀ ਰੂਹ ਦੀ ਆਵਾਜ਼ ਹਨ ਅਤੇ ਮਨ ਦੇ ਜਜ਼ਬਿਆਂ ਨੂੰ ਪ੍ਰਗਟ ਕਰਦੇ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਗੱਭਰੂ ਉਹਨਾਂ ਦੇ ਗੀਤ ਅਕਸਰ ਗੁਣਗੁਣਾਉਂਦੇ ਰਹਿੰਦੇ ਹਨ। ਆਮ ਤੌਰ 'ਤੇ ਇੱਥੋਂ ਉੱਡ ਜਾ ਭੋਲਿਆ ਪੰਛੀਆ, ਚੁੰਮ ਚੁੰਮ ਰੱਖੋ ਨੀ ਐਕਲ ਗੀ ਜੁਝਾਰਦੀ, ਕਾਨੂੰ ਵੇ ਪਿਪਲਾ ਖੜ ਖੜ ਲਾਈਆ ਗੀਤ ਬਹੁਤ ਹੀ ਮਸ਼ਹੂਰ ਹੋਏ। ਉਹਨਾਂ ਦੀਆਂ ਕਈ ਕਵਿਤਾਵਾਂ ਪੰਜਾਬ ਬੋਲਿਆ ਨਾਂ ਹੇਠ ਛਪੀ ਕਿਤਾਬ ਵਿੱਚ ਦਰਜ ਹਨ। ਪਰ ਆਪ ਜੀ ਦਾ ਅੰਤਲਾ ਸਮਾਂ ਬਹੁਤ ਗਰੀਬੀ ਵਿੱਚ ਬੀਤਿਆ। ਆਪ 1966 ਵਿੱਚ ਰੱਬ ਨੂੰ ਪਿਆਰੇ ਹੋ ਗਏ। ਆਓ ਪੜ੍ਹਦੇ ਹਾਂ ਇਸ ਕਵਿਤਾ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾ ਦੀਆਂ ਗਾਵੇ, ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣ ਨਜ਼ਰ ਨਾ ਆਵੇ। ਇਸ ਕਵਿਤਾ ਵਿੱਚ ਨੰਦ ਲਾਲ ਨੂਰਪੁਰੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਅੱਧੀ ਰਾਤ ਨੂੰ ਬੈਠ ਕੇ ਆਪਣੇ ਚੰਨ ਵਰਗੇ ਛੋਟੇ ਪੋਤੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਵਿਛੋੜੇ ਦੀ ਮੌਤ ਦੇ ਸਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰ ਰਹੇ ਹਨ। ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ 'ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋਹੜੀ, ਢਿੱਡ ਦਾ ਸੇਕ ਬੁਰਾ ਨੀ ਮੈਥੋਂ ਚੱਲਿਆ ਨਾ ਜਾਵੇ। ਮਾਤਾ ਗੁਜਰੀ ਜੀ ਕਹਿ ਰਹੇ ਨੇ ਕਿ ਮੈਨੂੰ ਮੇਰੇ ਚੰਨ ਵਰਗੇ ਪੋਤਿਆਂ ਦਾ ਚਾਨਣ ਕਿਤੇ ਨਜ਼ਰ ਨਹੀਂ ਆ ਰਿਹਾ, ਭਾਵ ਕੱਲ੍ਹ ਜਦੋਂ ਮੈਂ ਸੌਣ ਲੱਗੀ ਸੀ ਤਾਂ ਉਹ ਮੇਰੇ ਕੋਲ ਸੀ, ਮੇਰੇ ਹੀਰਿਆਂ ਦੀ ਜੋੜੀ ਭਾਵ ਮੇਰੇ ਪੋਤਰੇ ਸੌਣ ਵੇਲੇ ਮੇਰੇ ਕੋਲ ਸੀ। ਉਹਨਾਂ ਦੇ ਕੋਮਲ ਸਰੀਰਾਂ ਦੇ ਉੱਤੇ ਹੱਥ ਫੇਰ ਕੇ ਮੈਂ ਕਿਹਾ ਸੀ ਕਿ ਮੈਂ ਇਸ ਵਾਰੀ ਆਪਣੇ ਪੋਤਰਿਆਂ ਦੀ ਲੋਹੜੀ ਵੰਡਾਂਗੀ, ਪਰ ਉਹ ਅੱਜ ਮੇਰੇ ਕੋਲ ਨਹੀਂ ਹਨ, ਉਹ ਸਦਾ ਲਈ ਮੇਰੇ ਕੋਲੋਂ ਚਲੇ ਗਏ ਹਨ। ਇਸ ਢਿੱਡ ਦਾ ਸੇਕ ਬਹੁਤ ਬੁਰਾ ਹੈ, ਭਾਵ ਬੱਚੇ ਮਾਂ ਬਾਪ ਦੀਆਂ ਆਂਦਰਾਂ ਹੁੰਦੇ ਹਨ ਅਤੇ ਮੇਰੇ ਤੋਂ ਉਹਨਾਂ ਦਾ ਵਿਛੋੜਾ ਚੱਲਿਆ ਨਹੀਂ ਜਾ ਰਿਹਾ, ਮੈਂ ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ। ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ, ਨੀ ਛਾਤੀ ਨਾਲ ਮੈਂ ਲਾ ਲਏ ਜਾਂ ਉਛਲੀ ਭਰਨ ਕਲਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਨਾਂ ਦੀਆਂ ਗਾਵੇ। ਇਸ ਵਿੱਚ ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਮੇਰਾ ਬੁਰਾ ਸੁਪਨਾ ਸੱਚ ਹੋ ਗਿਆ ਹੈ, ਮੈਨੂੰ ਜਿਸ ਚੀਜ਼ ਦਾ ਡਰ ਸੀ ਉਹ ਹੀ ਹੋਇਆ। ਸੁਪਨੇ ਵਿੱਚ ਮੇਰੇ ਨਾਲ ਹੋਈ ਲੜਾਈ ਝਗੜ ਸੱਚ ਹੋ ਗਈ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਇੱਟ ਉੱਤੇ ਇੱਟ ਰੱਖ ਕੇ ਤੇਰੇ ਪੋਤਰਿਆਂ ਦੀ ਜੋ ਕਿ ਹੀਰਿਆਂ ਦੀ ਵਾਂਗ ਜੋੜੀ ਚਮਕਦੀ ਹੈ ਉਸਦੀ ਚਮਕ ਨੂੰ ਲੁਕਾ ਦੇਣਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਮੈਂ ਆਪਣੇ ਦੋਵੇਂ ਛੋਟੇ ਪੋਤਰਿਆਂ ਨੂੰ ਆਪਣੀ ਛਾਤੀ ਨਾਲ ਉਸ ਵਕਤ ਲਗਾ ਲਿਆ ਜਦੋਂ ਹੋਣੀ ਉਹਨਾਂ ਦਾ ਕਲਾਵਾ ਭਰਨ ਲਈ ਅਗਾਂਹ ਵਧੀ। ਮਾਤਾ ਗੁਜਰੀ ਜੀ ਅੱਧੀ ਰਾਤੀ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ 'ਤੇ ਮੌਤ ਦੇ ਸਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰ ਰਹੇ ਹਨ। ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ, ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗੱਲ ਲੱਗ ਜਾਣਾ, ਇੱਕ ਇੱਕ ਬੋਲ ਚੰਦਰਾ ਨੀ ਮੇਰੇ ਧੂ ਕਲੇਜੇ ਨੂੰ ਪਾਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾ ਦੀਆਂ ਗਾਵੇ। ਕਹਿਣ ਤੋਂ ਭਾਵ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਤੋਂ ਪੁੱਛਦੇ ਸਨ ਕਿ ਦਾਦੀ ਜੀ ਅਸੀਂ ਆਪਣੇ ਪਿਤਾ ਜੀ ਕੋਲ ਕਦ ਜਾਣਾ ਹੈ, ਇਸ ਵਾਰੀ ਜਦੋਂ ਪਿਤਾ ਜੀ ਸਾਨੂੰ ਮਿਲੇ ਤਾਂ ਅਸੀਂ ਹੱਸ ਹੱਸ ਕੇ ਅਤੇ ਰੱਜ ਰੱਜ ਕੇ ਉਹਨਾਂ ਦੇ ਗਲੇ ਨਾਲ ਲੱਗਣਾ ਹੈ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਇੱਕ ਬੋਲ ਮੇਰੇ ਕਾਲਜੇ ਉੱਪਰ ਬੁਰੀ ਤਰ੍ਹਾਂ ਨਾਲ ਚੋਟ ਕਰ ਰਿਹਾ ਹੈ। ਮਾਤਾ ਗੁਜਰੀ ਜੀ ਅੱਧੀ ਰਾਤ ਨੂੰ ਉੱਠ ਕੇ ਆਪਣੇ ਪੁੱਤਰਾਂ ਦੇ ਵਿਛੋੜੇ ਦੇ
ਸੱਲ ਨੂੰ ਘੋੜੀਆਂ ਗਾ ਗਾ ਕੇ ਪ੍ਰਗਟ ਕਰ ਰਹੇ ਹਨ। ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ, ਨਿੱਕੇ ਨਿੱਕੇ ਉਧਰੇ ਹੋਏ ਕਿਨੂੰ ਹੋਣਗੇ ਦਰਦ ਸੁਣਾਉਂਦੇ। ਵੇ ਲੱਭ ਤੇ ਸਹੀ ਨੂਰਪੁਰੀ, ਮੇਰੇ ਨੈਣਾਂ ਨੂੰ ਨੀਂਦ ਨਾ ਆਵੇ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾ ਦੀਆਂ ਗਾਵੇ। ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਕੱਲ੍ਹ ਤੱਕ ਤਾਂ ਮੇਰੇ ਛੋਟੇ ਪੋਤਰੇ ਮੇਰੇ ਕੋਲ ਸਨ, ਮੇਰੇ ਨਾਲ ਵਸਦੇ ਸਨ, ਪਰ ਅੱਜ ਮੈਨੂੰ ਕਿਸੇ ਵੀ ਪਾਸੇ ਨਜ਼ਰ ਨਹੀਂ ਆ ਰਹੇ। ਉਹ ਨਿੱਕੇ ਨਿੱਕੇ ਮਾਸੂਮ ਬੱਚੇ ਆਪਣਾ ਹਾਲ ਕਿਸ ਨੂੰ ਸੁਣਾਉਂਦੇ ਹੋਣਗੇ। ਕਵੀ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਲੱਭੋ ਤਾਂ ਸਹੀ, ਮੇਰੀਆਂ ਅੱਖੀਆਂ ਨੂੰ ਮੇਰੇ ਪੋਤਰਿਆਂ ਤੋਂ ਬਗੈਰ ਨੀਂਦ ਨਹੀਂ ਆਊਗੀ। ਮਾਤਾ ਗੁਜਰੀ ਜੀ ਅੱਧੀ ਅੱਧੀ ਰਾਤ ਉੱਠ ਕੇ ਆਪਣੇ ਪੋਤਰਿਆਂ ਦੇ ਵਿਛੋੜੇ 'ਤੇ ਮੌਤ ਦੇ ਸੱਲ ਨੂੰ ਘੋੜੀਆਂ ਗਾ ਗਾ ਕੇ ਪ੍ਰਗਟ ਕਰ ਰਹੇ ਹਨ। ਬੱਚਿਓ, ਅਸੀਂ ਇਸ ਪਾਠ ਵਿੱਚ ਪੜ੍ਹਿਆ ਹੈ ਕਿ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦੇ ਵਿਛੋੜੇ ਦਾ ਸੱਲ ਸਹਿਣ ਨਹੀਂ ਕਰ ਪਾ ਰਹੇ ਹਨ, ਉਹਨਾਂ ਨੂੰ ਇਹ ਵਿਛੋੜਾ ਬਹੁਤ ਚੁਭ ਰਿਹਾ ਹੈ। ਵਾਸਤਵਿਕ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਮਾਂ ਬਾਪ ਆਪਣੇ ਬੱਚਿਆਂ ਦੇ ਵਿਛੋੜੇ ਵਿੱਚ ਤੜਪ ਉੱਠਦੇ ਹਨ, ਅਤੇ ਮਾਤਾ ਗੁਜਰੀ ਜੀ ਨੇ ਤਾਂ ਆਪਣਾ ਸਾਰਾ ਦਾ ਸਾਰਾ ਪਰਿਵਾਰ ਹੀ ਲੁਟਾ ਦਿੱਤਾ ਸੀ। ਸੋ ਮੈਨੂੰ ਆਸ ਹੈ ਤੁਹਾਨੂੰ ਉਹਨਾਂ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਇਸ ਨਾਲ ਸੰਬੰਧਿਤ ਕਾਰਜ ਤੁਸੀਂ ਆਪਣੀ ਉੱਤਰ ਪੁਸਤਕਾਂ 'ਤੇ ਕਰੋਗੇ। ਧੰਨਵਾਦ।